शंकर बल को जय श्री राम जय श्री राम जय श्री राम अनिल बजाज जी को जय श्री राम जय श्री राम जय श्री राम के के मल्होत्रा जी को जय श्री राम जय श्री राम जय श्री राम आयुष कोल जी को जय श्री राम जय ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੇ ਨਾਲ ਭਾਰਤ ਭੂਸ਼ਣ। ਜਿਸ ਤਰ੍ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਿਹੜੀ ਹੈਗੀ ਹੈ ਇੱਕ ਆਸਥਾ ਟ੍ਰੇਨ ਜੋ ਕਿ ਪਹਿਲੀ ਵਾਰੀ ਪਟਿਆਲੇ ਤੋਂ ਸ਼੍ਰੀ ਅਯੋਧਿਆ ਵਿਖੇ ਜਾਏਗੀ। ਸੋ ਇਹ ਟ੍ਰੇਨ ਦੇਖ ਸਕਦੇ ਹੋ, ਆਸਥਾ ਸਪੈਸ਼ਲ ਟ੍ਰੇਨ ਹੈਗੀ ਆ ਪਟਿਆਲਾ ਤੋਂ। ਪਹਿਲੀ ਵਾਰੀ ਪਟਿਆਲਾ ਤੋਂ ਜਿਹੜੀ ਹੈਗੀ ਆ ਅਯੋਧਿਆ ਭਗਵਾਨ ਸ਼੍ਰੀ ਰਾਮ ਲੱਲਾ ਜੀ ਦੇ ਦਰਸ਼ਨ ਕਰਨ ਦੇ ਲਈ ਇਹ ਟ੍ਰੇਨ ਜਾ ਰਹੀ ਹੈਗੀ ਆ। ਸੋ ਤਸਵੀਰਾਂ ਦੇਖ ਸਕਦੇ ਹੋ, ਇਹਦੇ ਵਿੱਚ ਸ਼ਰਧਾਲੂ ਨੇ ਪਟਿਆਲੇ ਤੋਂ ਜਿਹੜੇ ਸ਼ਰਧਾਲੂ ਪਹੁੰਚੇ ਹੋਏ ਨੇ। ਸੋ ਤਸਵੀਰਾਂ ਦੇਖ ਸਕਦੇ ਹੋ, ਇਹਦੇ ਵਿੱਚ ਜਿਹੜਾ ਹੈਗਾ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਅਤੇ ਉਹਨਾਂ ਦੀ ਬੇਟੀ ਜੈਇੰਦਰ ਕੌਰ ਵੀ ਪਹੁੰਚੇ ਹੋਏ ਨੇ। ਸੋ ਤਸਵੀਰਾਂ ਦੇਖ ਸਕਦੇ ਹੋ, ਇਸ ਟਾਈਮ ਇਹ ਤਸਵੀਰਾਂ ਨੇ ਪਟਿਆਲੇ ਦੀਆਂ। ਸੋ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਜਿਹੜੀ ਟ੍ਰੇਨ ਨੂੰ ਹਰੀ ਝੰਡੀ ਦੇਣ ਆਏ ਨੇ। ਸੋ ਪੂਜਾ ਅਰਚਨਾ ਕੀਤੀ ਜਾ ਰਹੀ ਹੈ, ਨਾਰੀਅਲ ਫੋੜ ਕੇ ਟ੍ਰੇਨ ਨੂੰ ਜਿਹੜਾ ਹੈਗਾ ਰਵਾਨਾ ਕੀਤਾ ਜਾਵੇਗਾ। ਸੋ ਇਹ ਤਸਵੀਰਾਂ ਨੇ ਪਟਿਆਲੇ ਦੀਆਂ, ਰੇਲਵੇ ਸਟੇਸ਼ਨ ਤੋਂ, ਇਤਿਹਾਸਿਕ ਰੇਲਵੇ ਸਟੇਸ਼ਨ ਤੋਂ ਇਤਿਹਾਸਿਕ ਯਾਤਰਾ ਜਿਹੜੀ ਪਟਿਆਲੇ ਤੋਂ ਪਹਿਲੀ ਵਾਰੀ ਯਾਤਰਾ ਸ਼ੁਰੂ ਹੋ ਰਹੀ ਹੈਗੀ ਆ। ਸੋ ਮੈਂਬਰ ਪਾਰਲੀਮੈਂਟ ਸਾਡੇ ਨਾਲ ਮੌਜੂਦ ਨੇ, ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਹਾਂ। ਸੋ ਮਾਰਿਨ ਸਾਹਿਬ, ਕਿਸ ਤਰ੍ਹਾਂ ਦੇਖਦੇ ਹੈਗੇ ਤਾਂ ਪਹਿਲੀ ਵਾਰੀ ਜਿਹੜੀ ਪਟਿਆਲਾ ਤੋਂ ਸ਼੍ਰੀ ਅਯੋਧਿਆ ਜੀ ਦੇ ਲਈ ਟ੍ਰੇਨ ਰਵਾਨਾ ਹੋ ਰਹੀ ਹੈ? ਇੱਕ ਬਹੁਤ ਸ਼ੁਭ ਦਿਨ ਹੈ ਕਿਉਂਕਿ ਸ਼ਰਧਾ ਲੋਕਾਂ ਦੀ ਬਹੁਤ ਹੈ ਔਰ ਇਹ ਆਪਣੇ ਆਪਣੇ ਸਥਾਨ 'ਤੇ ਜਿੱਥੇ ਵੀ ਇਹ ਅਯੋਧਿਆ ਜਾ ਕੇ ਜੋ ਮੰਦਿਰ ਬਣਿਆ ਉੱਥੇ ਜਾ ਕੇ ਇਹ ਆਪਣੇ ਮੱਥਾ ਟੇਕਣਗੇ ਔਰ ਮੇਰੇ ਖਿਆਲ 'ਚ ਇੱਕ ਬਹੁਤ ਵਧੀਆ ਇਹ ਮੋਦੀ ਜੀ ਨੇ ਚਲਾਇਆ ਹੈ ਕਿ ਸਭ ਨੂੰ ਉੱਥੇ ਜਾ ਕੇ ਮੱਥਾ ਟੇਕਣ ਦਾ ਮੌਕਾ ਮਿਲਿਆ। ਮੈਨੂੰ ਬਹੁਤ ਖੁਸ਼ੀ ਹੈ ਪਟਿਆਲੇ ਤੋਂ ਲੋਕ ਅੱਜ ਦੀ ਟ੍ਰੇਨ 'ਚ 1500 ਜਾ ਰਹੇ ਨੇ, 5 ਦੀ ਤਰੀਕ 'ਤੇ ਵੀ 1500 ਜਾਣਗੇ। ਟ੍ਰੇਨਾਂ ਜਿੰਨੀਆਂ ਵੀ ਦੇ ਦਿੰਦੇ ਅਸੀਂ ਉਹ ਭਰ ਜਾਣੀਆਂ ਸੀ, ਪਰ ਬਹੁਤ ਇਹ ਬਹੁਤ ਅੱਛਾ ਹੈ ਕਿ ਇਹ 3000 ਜਿਹੜੇ ਯਾਤਰੀ ਜਾਣਗੇ ਮੱਥਾ ਟੇਕ ਕੇ ਆਉਣਗੇ ਔਰ ਸਾਨੂੰ ਖੁਸ਼ੀ ਹੋਏਗੀ ਜਦ ਸਾਨੂੰ ਵਾਪਸ ਆ ਕੇ ਦੱਸਣਗੇ ਕਿ ਕੈਸੇ ਲੱਗਿਆ ਇਹਨਾਂ ਨੂੰ। ਕਿਸ ਤਰ੍ਹਾਂ ਬੰਦੋਬਸਤ ਕੀਤੇ ਗਏ ਨੇ? ਯਾਤਰੀ ਪਹਿਲੀ ਵਾਰੀ ਹੈ ਜਿਹੜੀ ਕਿ ਅਯੋਧਿਆ ਦੇ ਵੱਲੇ ਪਟਿਆਲਾ ਤੋਂ ਅਯੋਧਿਆ ਲਈ ਟ੍ਰੇਨ ਜਾ ਰਹੀ ਹੈ, ਪਹਿਲੀ ਵਾਰੀ ਹੋ ਰਹੀ ਹੈ? ਪੂਰੀ ਟ੍ਰੇਨ ਪਹਿਲੀ ਵਾਰੀ ਚੱਲ ਰਹੀ ਹੈ, ਪੂਰੀ ਟ੍ਰੇਨ ਪਹਿਲੀ ਵਾਰੀ ਚੱਲ ਰਹੀ ਹੈ। ਪਿੱਛੇ ਜੇ ਜਾ ਕੇ ਆਏ ਨੇ ਕਈ 42 ਲੋਕ ਪਰ ਹਾਂ ਪਟਿਆਲੇ ਤੋਂ 42 ਥੀ, ਮੇਰੇ ਖਿਆਲ 'ਚ 100 ਕਿਸੇ ਹੋਰ ਕੰਸਟੀਟਿਊਂਸੀ 'ਚੋਂ ਥੀ, ਪਾਤੜਾਂ ਤੋਂ ਇਸ ਤਰ੍ਹਾਂ ਕਰਕੇ ਘਨੌਰ ਤੋਂ ਗਏ ਥੀ 100, ਪਾਤੜਾਂ ਤੋਂ ਵੀ ਗਏ ਸੀ ਹਾਂਜੀ। ਪਰ ਇਹ ਖਾਲੀ ਯਾਤਰੀਆਂ ਦੀ ਟ੍ਰੇਨ ਹੈ ਔਰ ਇਹ ਵਾਪਸ ਲੈ ਕੇ ਆਊਗੀ ਪਟਿਆਲਾ 102 ਤੋਂ। ਸੋ ਕਿਸ ਤਰ੍ਹਾਂ ਇੰਤਜ਼ਾਮ ਕੀਤੇ ਗਏ ਨੇ ਸ਼ਰਧਾਲੂਆਂ ਲਈ? ਸ਼ਰਧਾਲੂਆਂ 'ਚ ਕਿੰਨੀ ਕੁ ਜਿਹੜੀ ਹੈ ਉਤਸੁਕਤਾ ਹੈ ਕਿਉਂਕਿ ਰਾਮ ਲੱਲਾ ਜੀ ਦੇ ਦਰਸ਼ਨ ਇਤਿਹਾਸਿਕ ਮੰਦਿਰ ਦੇ ਵਿੱਚ ਕਰਨ ਜਾ ਰਹੇ ਨੇ? ਮੇਰੇ ਖਿਆਲ 'ਚ ਜੋ ਮੈਨੂੰ ਪਤਾ ਚੱਲਿਆ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਬਹੁਤ ਵਧੀਆ ਉੱਥੇ ਇਹਨਾਂ ਦਾ ਰਿਸੀਵ ਕਰਕੇ ਇਹਨਾਂ ਨੂੰ ਦਰਸ਼ਨ ਕਰਾਉਣ ਦਾ ਉੱਥੇ ਸਾਰਾ ਇੰਤਜ਼ਾਮ ਹੋਇਆ ਹੋਇਆ। ਸੋ ਜੈਇੰਦਰ ਕੌਰ ਵੀ ਨੇ, ਬੀਬਾ ਜੀ ਇਹਨਾਂ ਨਾਲ ਵੀ ਗੱਲਬਾਤ ਕੀਤੀ, ਬੀਬਾ ਜੀ ਕਿਸ ਤਰ੍ਹਾਂ ਦੇਖਦੇ ਹੈਗੇ ਹੋ ਪੂਜਾ ਅਰਚਨਾ ਕੀਤੀ ਜਾ ਰਹੀ ਹੈ, ਪੂਰੇ ਵਿਧੀ ਵਿਧਾਨ ਦੇ ਨਾਲ ਟ੍ਰੇਨ ਰਵਾਨਾ ਕਰਨਾ? ਬੜਾ ਅੱਛਾ ਹੈ ਜੀ ਔਰ ਅਸੀਂ ਪੂਜਾ ਕੀਤੀ ਹੈ ਪੰਡਿਤ ਜੀ ਨੇ ਇੱਥੇ ਔਰ ਅਸੀਂ ਸਾਰੇ ਯਾਤਰੀਆਂ ਨੂੰ ਮਿਲੇ ਵੀ ਹੈ, ਬੜੇ ਖੁਸ਼ ਨੇ ਔਰ ਇਹਨਾਂ ਦੀ ਯਾਤਰਾ ਸਫਲ ਰਹੇ। ਬਿਲਕੁਲ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ
ਸੰਜੀਵ ਸ਼ਰਮਾ ਬਿੱਟੂ ਸਾਡੇ ਨਾਲ ਮੌਜੂਦ ਨੇ। ਜੈ ਸ਼੍ਰੀ ਰਾਮ ਜੀ ਦੇ ਨਾਅਰੇ ਨਾਲ ਤੁਸੀਂ ਦੇਖ ਸਕਦੇ ਹੋ ਪਟਿਆਲੇ ਦਾ ਰੇਲਵੇ ਸਟੇਸ਼ਨ ਗੁੰਜਿਆ ਹੋਇਆ। ਸੰਜੀਵ ਸ਼ਰਮਾ ਬਿੱਟੂ ਜੀ ਜੋ ਕਿ ਬੀਜੇਪੀ ਦੇ ਸ਼ਹਿਰੀ ਪ੍ਰਧਾਨ। ਬਿੱਟੂ ਜੀ ਕਿਸ ਤਰ੍ਹਾਂ ਦੇਖਦੇ ਹੋ? ਇੱਕ ਮਿੰਟ ਜ਼ਰਾ, ਇੱਕ ਸੈਕਿੰਡ ਗੱਲ ਕਰ ਜੀ, ਇੱਕ ਮਿੰਟ ਜੀ ਜੀ। ਬਹੁਤ ਹੀ ਮਾਣ ਅਤੇ ਸਨਮਾਨ ਦੀ ਗੱਲ ਹੈ ਕਿ ਜੋ ਸਾਨੂੰ ਅੱਜ ਬੜੇ ਘੱਟ ਸਮੇਂ ਦੇ ਵਿੱਚ ਪਟਿਆਲੇ ਦੇ ਸ਼ਰਧਾਲੂਆਂ ਨੂੰ, ਰਾਮ ਭਗਤਾਂ ਨੂੰ, ਮਹਾਰਾਣੀ ਪ੍ਰਨੀਤ ਕੌਰ ਜੀ ਦੇ, ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦਾ ਜੋ ਸਹਿਯੋਗ ਮਿਲਿਆ ਤਾਂ ਇਹ ਅਸੀਂ ਦਰਸ਼ਨ ਕਰ ਪਾਏ। ਅਤੇ ਦੂਜੀ ਟ੍ਰੇਨ ਵੀ ਜਿਹੜੀ ਹੈਗੀ ਪਟਿਆਲੇ ਤੋਂ ਚੱਲ ਰਹੀ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਬੜੀ ਜਲਦੀ ਜਿਹੜਾ ਕੋਡ ਆਫ ਕੰਡਕਟ ਖਤਮ ਹੋਏਗਾ, ਇਲੈਕਸ਼ਨ ਜਿੱਤਾਂਗੇ, ਪਟਿਆਲੇ ਤੋਂ MP ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਦਾ ਬਣੇਗਾ ਅਤੇ ਅਸੀਂ ਮੁੜ ਕੇ ਫਿਰ ਜਿਹੜੀਆਂ ਅਸੀਂ ਬਹੁਤ ਭਾਰੀ ਮਾਤਰਾ 'ਚ ਟ੍ਰੇਨ ਜਿਹੜੀਆਂ ਪਟਿਆਲੇ ਤੋਂ ਗੱਲ ਕਰੀਏ ਕਿ ਮੈਂਬਰ ਪਾਰਲੀਮੈਂਟ ਦੀ ਗੱਲ ਕਰੀਏ, MP ਇਲੈਕਸ਼ਨ ਆ ਰਹੇ ਨੇ ਕਿ ਫਿਰ ਟਿਕਟ ਦੀ ਦਾਅਵੇਦਾਰੀ ਵੀ? 100% ਟਿਕਟ ਦੀ ਦਾਅਵੇਦਾਰੀ ਵੀ ਹੋਏਗੀ, ਜਿੱਤ ਵੀ ਹੋਏਗੀ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪਟਿਆਲੇ ਦਾ ਮੈਂਬਰ ਪਾਰਲੀਮੈਂਟ ਉੱਤੇ ਬੈਠੇਗਾ ਅਤੇ ਹਾਂਜੀ ਮਾਨੂ ਸਾਹਿਬ ਫਿਰ ਤੁਹਾਡੀ ਜਿਹੜੀ ਹੈਗੀ ਆ ਮਤਲਬ ਕਿ ਕਹਿ ਸਕਦੇ ਹਾਂ ਕਿ ਮੈਂਬਰ ਪਾਰਲੀਮੈਂਟ BJP ਦੀ ਟਿਕਟ ਨਹੀਂ ਜਦ ਪੱਕੀ ਜਿਹਦੀ ਵੀ ਪੱਕੀ ਹੋਊਗੀ ਤੁਹਾਨੂੰ ਪਤਾ ਚੱਲ ਜਾਊਗਾ। ਕੈਪਟਨ ਸਾਹਿਬ ਨੇ ਤਾਂ ਕਹਿ ਹੀ ਦਿੱਤਾ ਹੈਗਾ ਜੀ। ਚਲੋ ਹਲੇ ਮੋਦੀ ਸਾਹਿਬ ਕਹਿਣਗੇ, ਨਾਡਾ ਸਾਹਿਬ ਕਹਿਣਗੇ ਤਦ ਹੋਊਗੀ। ਸੋ ਤੁਹਾਡੇ ਸਮਰਥਕ ਵੀ ਲਗਾਤਾਰ ਕਹਿ ਰਹੇ ਕਿ ਮਹਾਰਾਣੀ ਸਾਹਿਬ ਜੈ ਸ਼੍ਰੀ ਰਾਮ ਜੀ। ਬਿਲਕੁਲ, ਸੋ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਪੂਰੇ ਵਿਧੀ ਵਿਧਾਨ ਦੇ ਨਾਲ ਜਿਹੜਾ ਟ੍ਰੇਨ ਦੇ ਵਿੱਚ ਪਹੁੰਚੇ ਹੋਏ ਨੇ। ਸੋ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਪੂਰੇ ਵਿਧੀ ਵਿਧਾਨ ਦੇ ਨਾਲ ਟ੍ਰੇਨ ਨੂੰ ਰਵਾਨਾ ਕਰਨ ਦੀਆਂ ਤਸਵੀਰਾਂ ਜੋ ਦੇਖ ਸਕਦੇ ਹੋ ਲਗਾਤਾਰ ਡੇਲੀ ਪੋਸਟ ਪੰਜਾਬੀ ਦੀ ਟੀਮ ਵੱਲੋਂ ਤੁਹਾਨੂੰ ਦਿਖਾਈ ਜਾ ਰਹੀਆਂ ਨੇ। ਪਟਿਆਲਾ ਤੋਂ ਪਹਿਲੀ ਵਾਰ ਸ਼੍ਰੀ ਅਯੋਧਿਆ ਧਾਮ ਦੇ ਲਈ ਇੱਕ ਟ੍ਰੇਨ ਜਿਹੜੀ ਹੈ ਰਵਾਨਾ ਕੀਤੀ ਜਾ ਰਹੀ ਹੈ। ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਉਹਨਾਂ ਦੇ ਨਾਲ, ਉਹਨਾਂ ਦੀ ਜਿਹੜੀ ਨੇ ਬੇਟੀ ਜੈਇੰਦਰ ਕੌਰ, ਸੰਜੀਵ ਸ਼ਰਮਾ ਬਿੱਟੂ ਜੋ ਕਿ ਸ਼ਹਿਰੀ ਪ੍ਰਧਾਨ ਨੇ, BJP ਦੇ ਸੀਨੀਅਰ ਲੀਡਰ ਭੁਪੇਸ਼ ਅਗਰਵਾਲ, ਹੋਰ ਸਮੁੱਚੀ ਜਿਹੜੀ ਟੀਮ ਹੈ ਰਾਮ ਸਮਰਥਕ ਨੇ। ਜ਼ਿਆਦਾਤਰ ਜੇਕਰ ਗੱਲ ਕੀਤੀ ਜਾਵੇ ਭਗਵਾਨ ਸ਼੍ਰੀ ਰਾਮ ਜੀ ਦੇ ਸਮਰਥਕ ਵੀ ਤੁਸੀਂ ਦੇਖ ਸਕਦੇ ਹੋ ਨਜ਼ਰ ਆ ਰਹੇ ਨੇ। ਸੋ ਕਿਸ ਤਰ੍ਹਾਂ ਦੇ ਨਾਲ ਨਾਰੀਅਲ ਭੰਨ ਕੇ ਜਿਹੜਾ ਹੈਗਾ ਵਿਧੀ ਵਿਧਾਨ ਦੇ ਨਾਲ ਜੈ ਸ਼੍ਰੀ ਰਾਮ ਦੇ ਨਾਰੇ ਲਗਾਉਂਦੇ ਨਜ਼ਰ ਆ ਰਹੇ ਨੇ। ਸੋ ਪਟਿਆਲਾ ਤੋਂ ਸ਼੍ਰੀ ਅਯੋਧਿਆ ਦੇ ਲਈ ਪਹਿਲੀ ਟ੍ਰੇਨ ਪਟਿਆਲਾ ਦੇ ਇਤਿਹਾਸਿਕ ਸ਼ਹਿਰ ਪਟਿਆਲਾ ਤੋਂ ਰਵਾਨਾ ਹੋ ਰਹੀ ਹੈ। ਸੋ ਸ਼ਰਧਾਲੂਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸ਼ਰਧਾਲੂਆਂ ਦੇ ਨਾਲ ਟ੍ਰੇਨ ਭਰੀ ਹੋਈ ਹੈ, ਸ਼ਰਧਾਲੂ ਜਾ ਰਹੇ ਨੇ। ਸੋ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬਾਈ ਜੀ ਕੀ ਨਾਂ ਹੈ ਤੁਹਾਡਾ? ਰਜਿੰਦਰ ਭੱਲਾ ਜੀ। ਭੱਲਾ ਸਾਹਿਬ ਕਿੰਨੀ ਕੁ ਖੁਸ਼ੀ ਹੈ ਮਨ ਦੇ ਵਿੱਚ ਪਹਿਲੀ ਵਾਰੀ ਟ੍ਰੇਨ ਜਾ ਰਹੀ ਹੈਗੀ? ਬਹੁਤ ਖੁਸ਼ੀ ਹੈ ਜੀ, ਬਹੁਤ ਆਨੰਦ ਹੈ ਔਰ ਮਹਾਰਾਣੀ ਸਾਹਿਬਾਂ ਦੀ ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਬਹੁਤ ਅੱਛੀ ਯਾਤਰਾ ਹੈ। ਸੋ ਕਿਸ ਤਰ੍ਹਾਂ ਫੀਲ ਕਰ ਰਹੇ ਹੋਗੇ, ਪਹਿਲਾਂ ਕਦੇ ਗਏ ਸੀਗੇ ਅਯੋਧਿਆ ਦੇ ਵਿੱਚ? ਹਾਂ ਅਯੋਧਿਆ ਵੈਸੇ ਗਏ ਪਰ ਅੱਜ ਦੀ ਯਾਤਰਾ ਦਾ ਇੱਕ ਆਪਣੇ ਆਨੰਦ ਹੈ। ਸੋ ਨੌਜਵਾਨ ਵੀ ਨੇ ਸਾਡੇ ਨਾਲ ਜੁੜੇ ਹੋਏ, ਇਹਨਾਂ ਨਾਲ ਗੱਲ ਕਰਦੇ ਹਾਂ। ਬਾਈ ਜੀ ਕੀ ਨਾਂ ਤੁਹਾਡਾ? ਕੁਨਾਲ ਭੱਲਾ। ਕੁਨਾਲ ਜੀ ਕਿਸ ਤਰ੍ਹਾਂ ਦੇਖਦੇ ਹੋਗੇ ਹੋ, ਪਹਿਲਾਂ ਗਏ ਹੋ ਕਦੇ ਅਯੋਧਿਆ? ਨਹੀਂ ਜੀ ਨਹੀਂ, ਫਸਟ ਟਾਈਮ ਬੁਲਾਇਆ ਜੀ ਰਾਮ ਜੀ ਨੇ ਜੀ, ਅਤੇ ਬਹੁਤ ਆਨੰਦ ਆ ਰਿਹਾ ਔਰ ਮੈਨੂੰ ਪਤਾ ਨਹੀਂ ਸੀਗਾ ਕਿ ਇਸ ਤਰ੍ਹਾਂ ਦਾ ਰਸ਼ ਹੋਏਗਾ ਔਰ ਇੰਨਾ ਵਧੀਆ ਰਹੇਗਾ, ਤਾਂ ਬਹੁਤ ਖੁਸ਼ੀ ਹੋਈ ਕਿ ਸਾਨੂੰ ਇਹਦੇ ਨਾਲ ਜੁੜ ਕੇ ਇਸ ਯਾਤਰਾ ਦੇ ਵਿੱਚ। ਤਿਆਰੀਆਂ ਮਤਲਬ ਕਿ ਪ੍ਰੈਪਰੇਸ਼ਨ ਕਿਸ ਤਰ੍ਹਾਂ ਦੀ ਹੈਗੀ ਆ ਖਾਣ ਪੀਣ ਦੀ? ਬਹੁਤ ਵਧੀਆ ਜੀ, ਬਹੁਤ ਵਧੀਆ। ਮੈਂ ਟ੍ਰੇਨ ਦੇਖੀ ਹੈ ਜੀ, ਮੈਂ ਪੂਰਾ ਘੁੰਮ ਕੇ ਗਿਆ ਪਹਿਲਾਂ ਇਹਦੇ ਵਿੱਚ ਹੁਣੀ, ਤਾਂ ਬਹੁਤ ਅੱਛੀ ਸਾਫ ਸਫਾਈ ਆ। ਇਹਨਾਂ ਨੇ ਜੋ ਟੋਇਲਟ ਆ ਉਹ ਵੀ ਇਹਨਾਂ ਨੇ ਇੰਗਲਿਸ਼ ਔਰ ਦੂਜੇ ਸੀਟਾਂ ਦੋਨੋਂ ਰੱਖੀਆਂ ਨੇ। ਬਹੁਤ ਵਧੀਆ ਚੀਜ਼ਾਂ ਜੀ, ਜਿਹੜੀਆਂ ਕਿ ਸਾਰੇ ਵਾਸਤੇ ਸਹੂਲਤਾਂ ਪੂਰੀਆਂ ਨੇ, ਲਾਈਟਿੰਗ ਹੈ ਪ੍ਰੋਪਰ, ਚਾਰਜਿੰਗ ਸਭ ਕੁਝ ਪ੍ਰੋਪਰ ਹੈ ਜੀ। ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਆ ਪ੍ਰੋਪਰ ਤਰੀਕੇ ਦੇ ਨਾਲ ਸਾਰਾ
ਇੱਥੇ ਬੰਦੋਬਸਤ ਸ਼ਰਧਾਲੂਆਂ ਦੇ ਲਈ ਕੀਤਾ ਗਿਆ ਹੈਗਾ। ਭਗਵਾਨ ਸ਼੍ਰੀ ਰਾਮ ਜੀ ਦੇ ਭਗਤ ਨੇ ਸੋ ਦਰਸ਼ਨ ਕਰਨ ਜਾ ਰਹੇ ਨੇ। ਜੈ ਸ਼੍ਰੀ ਰਾਮ ਦੇ ਨਾਰਿਆਂ ਦੇ ਨਾਲ ਇਹ ਟ੍ਰੇਨ ਗੂੰਜਦੀ ਹੋਈ ਨਜ਼ਰ ਆ ਰਹੀ ਹੈ। ਭਗਵਾਨ ਸ਼੍ਰੀ ਰਾਮ ਜੀ ਦੇ ਜਿਹੜੇ ਨੇ ਉਹ ਦਰਸ਼ਨ ਦੀਦਾਰ ਕਰਨ ਚੱਲੇ ਨੇ, ਸ਼੍ਰੀ ਰਾਮ ਲਲਾ ਜੀ ਦੇ ਦਰਸ਼ਨ ਦੀਦਾਰ ਕਰਨ ਚੱਲੇ ਨੇ। ਸਾਡੇ ਨਾਲ ਇੱਥੇ ਬਜ਼ੁਰਗ ਵੀ ਨੇ, ਮਹਿਲਾਵਾਂ ਵੀ ਨੇ, ਸੋ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ, ਕੀ ਨਾਮ ਜੀ? ਹਾਂਜੀ, ਰਮਾ ਰਾਣੀ। ਰਮਾ ਜੀ ਪਹਿਲੀ ਵਾਰੀ ਜਾ ਰਹੇ ਹੋ? ਹਾਂਜੀ, ਪਹਿਲੀ ਵਾਰ ਜਾ ਰਹੇ ਹਾਂ। ਕਿਸ ਤਰ੍ਹਾਂ ਲੱਗ ਰਿਹਾ ਹੈਗਾ ਜੀ? ਬਹੁਤ ਵਧੀਆ ਲੱਗ ਰਿਹਾ। ਕਿੰਨੀ ਐਕਸਾਈਟਮੈਂਟ ਹੈ? ਬਹੁਤ ਐਕਸਾਈਟਮੈਂਟ ਹੈ ਜੀ। ਰਾਮਚੰਦਰ ਜੀ ਦੇ ਲਲਾ ਜੀ ਦੇ ਦਰਸ਼ਨ ਕਰਨ ਚੱਲੇ? ਹਾਂਜੀ, ਲਲਾ ਜੀ ਦੇ ਦਰਸ਼ਨ ਕਰਨ ਚੱਲੇ। ਓ ਬਿਲਕੁਲ, ਰਾਮਚੰਦਰ ਜੀ ਦੇ ਦਰਸ਼ਨ ਕਰਨ ਚੱਲੇ ਨੇ, ਬੜੀ ਐਕਸਾਈਟਮੈਂਟ ਹੈਗੀ ਆ। ਜੈ ਸ਼੍ਰੀ ਰਾਮ ਜੀ ਦੇ ਨਾਰੇ ਲਗਾਉਂਦੇ ਜਾ ਰਹੇ ਨੇ। ਸੋ ਕਿ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਸਾਰੀ ਟ੍ਰੇਨ ਹੈ ਜਿਹੜੀ ਉਹ ਖਚਾ ਖਚ ਭਰੀ ਹੋਈ ਹੈਗੀ ਹੈ। ਸੋ ਪਾਣੀ ਦਾ ਇੰਤਜ਼ਾਮ ਵੀ ਤੁਸੀਂ ਦੇਖ ਸਕਦੇ ਹੈਗੇ ਹੋ। ਟ੍ਰੇਨ ਦੇ ਵਿੱਚ ਕਿਸੇ ਵੀ ਯਾਤਰੀ ਨੂੰ ਕੋਈ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਪਾਣੀ ਦਾ ਖਾਣ ਪੀਣ ਦਾ ਸਾਰਾ ਇੰਤਜ਼ਾਮ ਕੀਤਾ ਗਿਆ ਹੈਗਾ। ਤੁਸੀਂ ਦੇਖ ਸਕਦੇ ਹੈਗੇ ਹੋ ਟ੍ਰੇਨ ਦੇ ਵਿੱਚ ਬਜ਼ੁਰਗ ਵੀ ਬੈਠੇ ਨੇ, ਸੋ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਹਾਂ, ਕਿਉਂਕਿ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਦਰਸ਼ਨ ਕਰਨ ਦੇ ਲਈ ਜਾ ਰਹੇ ਨੇ। ਬਜ਼ੁਰਗੋ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਰੋਸ਼ਨੀ ਜੀ। ਬਜ਼ੁਰਗੋ ਕਿਸ ਤਰ੍ਹਾਂ ਦੇਖਦੇ ਹੋ, ਪਹਿਲਾਂ ਵੀ ਕਦੇ ਅਯੋਧਿਆ ਦਰਸ਼ਨ ਕਰਨ ਗਏ? ਹਾਂਜੀ, ਦੋ ਵਾਰ ਗਈ ਹਾਂ। ਅੱਛਾ, ਸੋ ਹੁਣ ਜਿਹੜਾ ਜਾ ਰਹੇ ਹੋ ਟ੍ਰੇਨ ਦੇ ਵਿੱਚ, ਕਿਸ ਤਰ੍ਹਾਂ ਲੱਗ ਰਿਹਾ ਹੈਗਾ ਲਲਾ ਜੀ ਦੇ ਦਰਸ਼ਨ ਕਰਨ? ਜੀ, ਅੱਛਾ ਲੱਗ ਰਿਹਾ, ਬਹੁਤ ਅੱਛਾ ਲੱਗ ਰਿਹਾ। ਪਹਿਲਾਂ ਜਦੋਂ ਗਏ ਸੀਗੇ ਉਦੋਂ ਕੀ ਮਾਹੌਲ ਸੀਗਾ? ਸੋ ਹੁਣ ਜਿਹੜਾ ਮਾਹੌਲ, ਜਿਹੜਾ ਮੰਦਰ ਭਵਿਆ ਮੰਦਰ ਬਣ ਗਿਆ? ਹਾਂ, ਭਵਿਆ ਮੰਦਰ ਬਣ ਗਿਆ, ਉਸੀ ਕੇ ਦਰਸ਼ਨ ਕਰਨ ਕੇ ਲਈ ਜਾ ਰਹੇ ਹੈ। ਤੋ ਕਭੀ ਹਮੇ ਦਰਸ਼ਨ ਕਰਨ ਕਾ ਮੌਕਾ ਮਿਲਾ। ਪਹਿਲੇ ਗਏ ਥੇ ਤਬ ਮੰਦਰ ਬਣਾ ਹੁਆ ਥਾ? ਨਹੀਂ, ਮੰਦਰ ਨਹੀਂ ਬਣਾ ਹੁਆ ਥਾ, ਉਸ ਪੇ ਥੇ ਵੋ ਉਸਕੇ ਅੰਦਰ ਨਾ ਜੋ ਬਣਨਾ ਵੋ ਉਨਕੇ ਥੰਬੋ ਮੇ ਜੀ। ਸੋ ਕਿਤਨੀ ਕੁ ਐਕਸਾਈਟਮੈਂਟ ਹੈ ਦਰਸ਼ਨ ਕੀ? ਦਰਸ਼ਨ ਕੀ ਤੋ ਐਕਸਾਈਟਮੈਂਟ ਤੋ ਕਾਫੀ, ਪਹਿਲੇ ਵੀ ਮੈਂ ਦੋ ਵਾਰ ਜਾ ਚੁੱਕੀ ਹਾਂ ਪਹਿਲੇ। ਸੋ ਬਿਲਕੁਲ, ਸੋ ਹੁਣ ਮੰਦਰ ਬਣ ਕੇ ਤਿਆਰ ਹੋ ਚੁੱਕਿਆ ਹੈਗਾ। ਸੋ ਇੱਥੋਂ ਦਾ ਯੂਥ ਹੈਗਾ, ਨੌਜਵਾਨ ਨੇ, ਉਹ ਵੀ ਜਾ ਰਹੇ ਨੇ, ਸੋ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਹਾਂਜੀ, ਕੀ ਨਾਮ ਤੁਹਾਡਾ? ਰੂਪਾਲੀ। ਰੂਪਾਲੀ ਕਿੱਥੋਂ ਤੁਸੀਂ? ਪਟਿਆਲਾ ਤੋਂ ਜੀ। ਸੋ ਪਹਿਲਾਂ ਕਦੇ ਗਏ ਸੀ ਸ਼੍ਰੀ? ਪਹਿਲੀ ਵਾਰ ਹੀ ਜਾਣਾ। ਕਿੰਨੀ ਐਕਸਾਈਟਮੈਂਟ ਹੈਗੀ ਆ? ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ। ਵੀ ਹਾਂ, ਉੱਥੇ ਜਾ ਕੇ ਦਰਸ਼ਨ ਕਰਾਂਗੇ, ਕਿਵੇਂ ਦਾ ਮਾਹੌਲ ਹੈ, ਕਿਵੇਂ ਦਾ ਮੰਦਿਰ ਬਣਿਆ। ਜਿਵੇਂ ਲੋਕਾਂ ਤੋਂ ਸੁਣਿਆ, ਆਪਾਂ ਟੀਵੀ 'ਚ ਵੀ ਦੇਖਦੇ ਕਿ ਬਹੁਤ ਅੱਛਾ ਬਣਿਆ ਹੋਇਆ, ਤਾਂ ਉਹ ਬਹੁਤ ਐਕਸਾਈਟਮੈਂਟ ਹੈ ਅੰਦਰ। ਅਸੀਂ ਆਪਾਂ ਮੋਬਾਈਲ 'ਤੇ ਟੀਵੀ ਦੇ ਉੱਤੇ ਦੇਖਦੇ ਹੁੰਦੇ ਸੀ, ਸੋ ਹੁਣ ਲਾਈਵ ਦਰਸ਼ਨ ਕਰੋਗੇ, ਸੋ ਕਿਸ ਤਰ੍ਹਾਂ ਲੱਗ ਰਿਹਾ ਹੈਗਾ? ਮਤਲਬ ਜਿਹੜਾ ਆਪਾਂ ਆਪਣੀ ਅੱਖਾਂ ਨਾਲ ਦੇਖਾਂਗੇ, ਉਸ ਚੀਜ਼ ਦਾ ਐਕਸਪੀਰੀਅ੸ੰਸ ਬਹੁਤ ਅਲੱਗ ਹੋਏਗਾ। ਫੋਨ 'ਚ ਤਾਂ ਆਪਾਂ ਫਿਲਟਰ ਵੀ ਲਗਾ ਲੈਂਦੇ, ਸਭ ਕੁਝ ਹੋ ਜਾਂਦਾ, ਤਾਂ ਉੱਥੇ ਜਾ ਕੇ ਆਪਣੀ ਅੱਖਾਂ ਨਾਲ ਜੋ ਚੀਜ਼ ਦੇਖਾਂਗੇ, ਉਸ ਚੀਜ਼ ਦਾ ਐਕਸਪੀਰੀਅੰਸ ਬਹੁਤ ਅਲੱਗ ਹੋਏਗਾ। ਮੈਸੇਜ ਕੀ ਦੇਣਾ ਚਾਹੁੰਦੇ ਹੋ ਯੂਥ ਨੂੰ, ਕਿਉਂਕਿ ਅੱਜ ਕੱਲ੍ਹ ਯੂਥ ਜ਼ਿਆਦਾਤਰ ਸੋਸ਼ਲ ਮੀਡੀਆ ਦੇ ਉੱਤੇ ਹੈਗਾ, ਔਰ ਜੇਕਰ ਗੱਲ ਕੀਤੀ ਜਾਵੇ ਯੂਥ ਨਸ਼ੇ ਵੱਲ ਨੂੰ, ਡਰੱਗ ਵੱਲ ਨੂੰ ਤੁਰਿਆ ਹੋਇਆ, ਲੱਗਦਾ ਹੈਗਾ ਕਿ ਸਾਨੂੰ ਸਾਡੀ ਰੂਟਸ ਦੇ ਨਾਲ ਜੁੜ ਕੇ ਰਹਿਣਾ ਚਾਹੀਦਾ, ਚਾਹੇ ਕੋਈ ਵੀ ਧਰਮ ਹੋਵੇ? ਮਤਲਬ ਵੀ ਆਪਾਂ ਨੂੰ ਤੀਰਥਾਂ 'ਚ ਜਾਣਾ ਚਾਹੀਦਾ, ਆਪਾਂ ਨੂੰ ਬਹੁਤ ਨੌਲੇਜ ਮਿਲਦੀ ਹੈ, ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਵੀ ਹਾਂ, ਆਪਣਾ ਜਿਹੜਾ ਬੈਕਗ੍ਰਾਊਂਡ ਸੀ ਉਹ ਕਿਵੇਂ ਸੀਗਾ, ਕਿਵੇਂ ਨਹੀਂ ਸੀ, ਵੀ ਕਿਵੇਂ ਭਗਵਾਨਾਂ ਨੇ ਕੀ ਕੀ ਕੀਤਾ ਆਪਣੇ ਲਈ, ਕੀ ਨਹੀਂ ਕੀਤਾ, ਤਾਂ ਜ਼ਰੂਰ ਜਾਣਾ ਚਾਹੀਦਾ, ਲੱਗਦਾ ਹੈਗਾ ਆਪਣੇ ਰੂਟਸ ਦੇ ਨਾਲ ਜੁੜ ਕੇ ਰਹਿਣਾ। ਬਿਲਕੁਲ, ਹਾਂਜੀ ਬਿਲਕੁਲ। ਸੋ ਬਿਲਕੁਲ, ਇਹ ਹੈ ਨੌਜਵਾਨ, ਕਹਿੰਦੇ ਆਪਣੇ ਰੂਟਸ ਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਹੈਗਾ। ਸੋ ਜਨਰੇਸ਼ਨ ਦੀ ਗੱਲ ਕੀਤੀ ਜਾਵੇ, 3 ਜਨਰੇਸ਼ਨ ਦੀ ਲੀਅਰ ਇੱਥੇ ਦੇਖਣ ਨੂੰ ਮਿਲ ਰਹੀ ਹੈਗੀ ਆ। ਸੋ ਤੁਸੀਂ ਦੇਖ ਸਕਦੇ ਹੋ ਬੱਚੇ ਵੀ ਨੇ, ਨੌਜਵਾਨ ਵੀ ਨੇ, ਬਜ਼ੁਰਗ ਵੀ ਨੇ। ਸੋ ਇੱਥੇ ਜਿਹੜੇ ਨੇ ਬਜ਼ੁਰਗ ਵੀ ਜਿਹੜਾ ਹੈਗਾ ਇੱਥੇ ਪਹੁੰਚੇ ਹੋਏ ਨੇ। ਸੋ ਤਸਵੀਰਾਂ ਨੇ ਇਹ ਪਟਿਆਲੇ ਦੀਆਂ। ਸੋ ਪਟਿਆਲੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੈਂਬਰ ਪਾਰਲੀਮੈਂਟ ਮੈਂਬਰ ਪ੍ਰਨੀਤ ਕੌਰ ਟ੍ਰੇਨ ਦੇ ਵਿੱਚ ਜਿਹੜੇ ਨੇ ਉਹ ਲੋਕਾਂ ਨੂੰ ਮਿਲਦੇ ਹੋਏ ਨਜ਼ਰ ਵੀ ਆ ਰਹੇ ਨੇ। ਸੋ ਤਸਵੀਰਾਂ ਨੇ ਇਹ ਟ੍ਰੇਨ ਦੀਆਂ, ਜਿੱਥੇ ਕਿ ਮਹਾਰਾਣੀ ਸਾਹਿਬ ਆਪ ਜਿਹੜੇ ਨੇ ਉਹ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ। ਸੋ ਇਹ ਤਸਵੀਰਾਂ ਨੇ ਪਟਿਆਲੇ ਦੀਆਂ, ਪਟਿਆਲੇ ਦੇ ਰੇਲਵੇ ਸਟੇਸ਼ਨ ਦੇ ਵਿੱਚ ਸ਼੍ਰੀ ਅਯੋਧਿਆ ਜਾ ਰਹੇ ਨੇ। ਸੋ ਜਿੰਨੇ ਵੀ ਚਾਹੇ ਬਜ਼ੁਰਗ ਨੇ ਚਾਹੇ ਨੌਜਵਾਨ ਨੇ,
ਦਰਸ਼ਨਾਂ ਦੇ ਲਈ, ਸ਼੍ਰੀ ਰਾਮ ਲੱਲਾ ਜੀ ਦੇ ਦਰਸ਼ਨਾਂ ਦੇ ਲਈ ਉਹ ਜਾ ਰਹੇ ਨੇ। ਸੋ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ, ਯਾਤਰੀਆਂ ਨੂੰ ਜਿੰਨੇ ਵੀ ਸ਼ਰਧਾਲੂ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਰਹੇ ਨੇ, ਔਰ ਇਹ ਤਸਵੀਰਾਂ ਦੇਖ ਸਕਦੇ ਹੋ, ਪਟਿਆਲੇ ਦੀਆਂ ਤਸਵੀਰਾਂ ਨੇ ਕਿਸ ਤਰ੍ਹਾਂ ਦੇ ਨਾਲ ਸ਼੍ਰੀ ਰਾਮ ਚੰਦਰ ਜੀ ਦੇ ਜੈਕਾਰਿਆਂ ਦੇ ਨਾਲ ਪਟਿਆਲੇ ਦਾ ਰੇਲਵੇ ਸਟੇਸ਼ਨ ਹੈ ਉਹ ਗੂੰਜ ਉੱਠਿਆ। ਸੋ ਡੇਲੀ ਪੋਸਟ ਪੰਜਾਬੀ 'ਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ।